ਤਾਂ ਫੇਰ ਉਹਨੇ ਚਲੇ ਜਾਣਾ ਸੀ ਅਸਲ ਅਸਲ ਦੇ ਵਿੱਚ ਮਾਸੀ ਸਾਹਿਬ ਚਲੋ ਇਹ ਤਾਂ ਗੱਲ ਜਿਹੜੀ ਹੈਗੀ ਹੈਗੀ ਅਸਲ ਦੇ ਵਿੱਚ ਜਿਹੜਾ ਕੁੜੀ ਨੇ ਪੈਸੇ ਪਤਾ ਕਿਵੇਂ ਲਏ ਜੀ ਬਾਈ ਤੋਂ ਉਹ ਕੁੜੀ ਨੇ ਕਿਹਾ ਹੋਣਾ ਜੀ ਇਹਨੂੰ ਫੋਨ ਕਰਕੇ ਹਾਏ ਜਾਨੋ ਆਈ ਐਮ ਵੈਰੀ ਪਤਲੀ ਆਈ ਐਮ ਵੈਰੀ ਸਿੱਕ ਆਈ ਨੀਡ ਸੈਂਡ ਯੂ ਮਨੀ ਆਈ ਪਿਕ ਅਪ ਦਾ ਮੱਝ ਆਈ ਪਿਕ ਅਪ ਦਾ ਦੁੱਧ ਆਫਟਰ ਆਈ ਟੇਕ ਯੂ ਬਿਗ ਹੱਗ ਸੋ ਹੱਗ ਦੇ ਚੱਕਰ ਚ ਭਾਜੀ ਦੇ ਪੈ ਗਏ ਡੱਬ ਆਫਟਰ ਭਾਜੀ ਨੇ ਲੈ ਕੇ ਦੇਤੀ ਸਕੂਟਰੀ ਤੇ ਕੁੜੀ ਗਈ ਭੱਜ ਭਾਜੀ ਨੂੰ ਮੈਂ ਇਹ ਕਹਿੰਦਾ ਹੁਣ ਨਾ ਉਹਨੂੰ ਲੱਭ ਖਾਸ ਇੰਚ ਦਾ ਸਭ ਥੈਂਕ ਯੂ ਬਾਸੀ ਜੀ ਬਾਸੀ ਜੀ ਹਾਈ ਬੋਲੋ ਹੈਲੋ ਸਤਿ ਸ੍ਰੀ ਅਕਾਲ ਬਾਸੀ ਸਾਹਿਬ ਜੀ ਕੀ ਕਹਿਣਾ ਸਰ ਜੀ ਆਪ ਜੀ ਕੀ ਕਹੋਗੇ ਜਿੱਦਾਂ ਮੈਂ ਕਹਿੰਦਾ ਵੀ ਜਿੱਦਾਂ ਆਪਾਂ ਬੱਕਰੀ ਲੈ ਦਿੰਦੇ ਆ ਨਾਲੇ ਦਿਮਾਗ ਬਾਜੂ ਦੁੱਧ ਪੀ ਕੇ ਇਹਦਾ ਕਿਹਦਾ ਜੀ ਆ ਜਿਹੜੇ ਬੰਦੇ ਗੱਲ ਕਰਦੇ ਆ ਇਹ ਬੱਕਰੀ ਨੀ ਕੋਈ ਕਰੂਗਾ ਮੱਝਾਂ ਗਾਈਆਂ ਕੋ ਬੱਕਰੀ ਦਾ ਦੁੱਧ ਪੀਣਾ ਥੋੜਾ ਦਿਮਾਗ ਵੱਧ ਜਾਂਦਾ ਨਹੀਂ ਇਹਨਾਂ ਦਾ ਦਿਮਾਗ ਹੈ ਨੀ ਗਾ ਦਿਮਾਗ ਲੱਗਦਾ ਨੀ ਮੈਨੂੰ ਉਹ ਤੁਹਾਨੂੰ ਕਿਵੇਂ ਪਤਾ ਜਿਹੜਾ ਮੱਝਾਂ ਗਾਈਆਂ ਵੇਚੀ ਜਾਂਦੇ ਇੱਥੇ ਇਹ ਵੇਚਦੇ ਨਹੀਂ ਇਹਨਾਂ ਨੇ ਧੋਖਾ ਹੋਇਆ ਇਹ ਕਹਿੰਦੇ ਆ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਉਹਨਾਂ ਦੀਆਂ ਲੋੜਾਂ ਨੂੰ ਪੂਰਾ ਕੀਤਾ ਆ ਜੇ ਲੋੜਾਂ ਪੂਰਾ ਕੀਤਾ ਤਾਂ ਹੀ ਤਾਂ ਮੈਂ ਕਹਿੰਦਾ ਮੈਂ ਬੱਕਰੀ ਲੈ ਦਿੰਦਾ ਇਹਨੂੰ ਇਹ ਬੱਕਰੀ ਕਿਉਂ ਕਰਨਗੇ ਬੱਕਰੀਆਂ ਦੁੱਧ ਪੀਣਗੇ ਨਾਲ ਦਿਮਾਗ ਵੱਜ ਥੋੜਾ ਜਿਹਾ ਨਿਰਮਲ ਜੀ ਕਿਹੋ ਜਿਹੇ ਲੋਕ ਨੇ ਇਹ ਯਾਰ ਇਹ ਸਾਰੇ ਇਹਦੇ ਲੋਕ ਤਾਂ ਜ਼ਿਆਦਾ ਮਜ਼ਾਕ ਬਣਾਉਣ ਲੈ ਇਹਨਾਂ ਕੋਲ ਬੱਕਰੀ ਤੁਸੀਂ ਆਪਣੇ ਬਣਾਉਣਾ ਤੁਸੀਂ ਆਪਣਾ ਦਿਮਾਗ ਬਣਾਓ ਠੀਕ ਹੈ ਜੀ ਮੈਂ ਤੇਰਾ ਦਿਮਾਗ ਕਹਿੰਦਾ ਯਾਰ ਤੇਰਾ ਦਿਮਾਗ ਤੋਂ ਥੋੜਾ ਜਿਹਾ ਵੱਜ ਵੇ ਦਿਮਾਗ ਬੱਕਰੀ ਗਾਂਧੀ ਦਾ ਦਿਮਾਗ ਪਤਾ ਕਿੰਨਾ ਤੇਜ਼ ਹੋਇਆ ਸੀ ਬੱਕਰੀ ਦੁੱਧ ਪੀ ਕੇ ਤੈਨੂੰ ਪਤਾ ਹੋਵੇ ਜਿੰਨਾ ਤੇਜ਼ ਹੋਇਆ ਦਿਮਾਗ ਗਾਂਧੀ ਦਾ ਠੀਕ ਹੈ ਮੈਨੂੰ ਨੀ ਪਤਾ ਹੈਗਾ ਮੈਂ ਦੁਖੀ ਇਸ ਟਾਈਮ ਤੇ ਠੀਕ ਹੈ ਮੇਰੇ ਨਾਲ ਫਰੋਡ ਹੋਇਆ ਦੁਖੀ ਰਹਿਣਾ ਹੀ ਆ ਸਾਰਾ ਕੁਝ ਲੁੱਟ ਮਚਾਈ ਇੱਥੇ ਦੁਨੀਆ ਤੇ ਲੁੱਟ ਅੱਛਾ ਬਸ ਸਰ ਰੁਪਈਆ ਬੰਦਾ 10 ਲੱਖ ਜੀ ਉਹ ਏਦਾਂ ਕਿ ਜੇ ਇਹਨਾਂ ਨੇ ਤੇ ਮੱਝ ਦਿੱਤੀ ਦੁੱਧ ਦੇਣ ਵਾਲੀ ਫਿਰ 2 ਲੱਖ ਦਾ ਦੁੱਧ ਵੀ ਉਹਨਾਂ ਨੇ ਡੇਅਰੀ ਤੇ ਪਾਇਆ ਹੋਣਾ ਜੀ ਤੇ ਉਹ ਦੁੱਧ ਵੀ ਵਿੱਚ ਰੱਖੋ ਜੀ ਜਿਹਨੂੰ ਦੁੱਧ ਪਾਇਆ ਜੀ ਉਹਦੇ ਕੋਲੋਂ ਵੀ ਪੈਸੇ ਲੈਣੇ ਬਣਦੇ ਜੀ ਤੁਸੀਂ ਬਾਈ ਨੂੰ ਪੁੱਛੋ ਜੀ ਮਾੜਾ ਮੱਝ ਕਰ ਕੇ ਲੈ ਕੇ ਦਿੱਤੇ ਸੀ ਬਾਈ ਨੇ ਹਾਂਜੀ ਨਰਮਲ ਜੀ ਮੱਝ ਤੁਸੀਂ ਕਦੋਂ ਲੈ ਕੇ ਦਿੱਤੀ ਸੀ ਕਿੰਨੇ ਸਾਲ ਹੋ ਗਏ ਇਹ ਸਰ 2018 ਚ ਲਈ ਸੀ ਉਹਨਾਂ ਨੇ 2017 ਜੀ 36,000 ਗੋਹੇ ਦਾ ਹੀ ਲਾ ਲੋ ਜੀ ਮੈਂ ਐਸਾ ਪੈ ਗਈ 1.5 ਲੱਖ ਜੀ ਤੇ 50,000 ਕਾਹਨੂੰ ਕਹਿੰਦਾ ਬਾਈ ਗਲਤ ਗੱਲ ਹੈ ਜੀ ਗੋਹਾ ਪਾਥੀਆਂ ਵੀ ਜੋੜੋ ਵਿੱਚ ਸਤਿ ਸ੍ਰੀ ਅਕਾਲ ਕਾਲਰ ਲਾਈਨ ਤੇ ਆਪ ਜੀ ਅਗਰੀ ਦੇ ਬੱਸੀ ਸਾਹਿਬ ਜੀ ਬੋਲਿਆ ਕਰੋ ਪਲੀਜ਼ ਹਾਂਜੀ ਹਾਂਜੀ ਬੱਸੀ ਸਾਹਿਬ ਮੈਨੂੰ ਲੱਗਦਾ ਮੱਝ ਦੇ ਜੇ 2018 ਦੀ ਉਹਦੇ ਮੱਝ ਦੋਰੀ ਸੂਈ ਵੀ ਹੋਣੀ ਆ ਤੇ ਹਿਸਾਬ ਲਾਓ ਜੇ ਮਗਰ ਕੱਟਾ ਜਾਂ ਕੱਟੀ ਹੋਈ ਜਾਂ ਕੱਟਾ ਹੋਇਆ ਉਹਦੇ ਵੀ ਪੈਸੇ ਲਾਓ ਨਾਲ ਤੁਸੀਂ ਯਾਰ ਤੁਸੀਂ ਮੱਸ ਸੂਈ ਦੋ ਵਾਰੀ ਜਾਂ ਨਹੀਂ ਸੂਈ ਆਈ ਡੋਂਟ ਨੋ ਹੁਣ ਆਪਣੇ ਦੇਖੋ ਦੋ ਸਾਲ ਤੀਜਾ ਸਾਲ ਹੋ ਗਿਆ ਜੀ ਜੇ 2018 ਦੀ ਵੀਰ ਨੂੰ ਕਹੋ ਮੱਝ ਦੇ ਉੱਥੇ ਜਾ ਕੇ ਨਾਲ ਜੇ ਕੱਟੀ ਗਿਆ ਕੱਟੀ ਗਿਆ ਕੱਟਾ ਉਹ ਵੀ ਨਾਲ ਰਹਿ ਹੋਵੇ ਸਗੋਂ ਉਹਦੀ ਸੇਵਾ ਕਰੇ ਜੇ ਕੁੜੀ ਤੇ ਆਉਣੀ ਨੀ ਹੁਣ